मैं कुलदीप सिंह डायरेक्टर डेयरी विकास विभाग पंजाब इस जो पंजाब सरकार वालों पहली सरकार किसान मिलनी कराए अज पंजाब एग्रीकल्चर यूनिवर्सिटी के मेला ग्राउंड में कराई जा रही है। समूह मैं पंजाब के किसानों बधाई दिना अपने नॉन ट्रेनिंग सेंटर से ट्रेनिंग चला वा वो ट्रेनिंग भाग लैके अपने डेयरी को अपडेट करो जो जनरल वास्ते आ 17,000 रुपया तो जोड़े एस सी वास्ते 33% जी सबसिडी 23,100 रुपया जी सबसिडी अभी चलने वह फायदा लाओ। इन्ना कहना समूह पंजाब के किसानों जिते इतने पहुंच सकते मैं जिया धन्यवाद भी करना। मैं कुलदीप सिंह डायरेक्टर डेयरी विकास विभाग पंजाब इस जो पंजाब सरकार वालों पहली सरकार किसान मिलनी कराए अज पंजाब एग्रीकल्चर यूनिवर्सिटी के मेला ग्राउंड में कराई जा रही है। समूह मैं पंजाब के किसानों बधाई दिना सरकार की पहलकदमी से जो किसान इतने आए उन्होंने सरकार के बिहाफ से जिया भी कहना। इस मेले के मुख मेहमान जो साडे पंजाब के बहुत हरमन प्यारे मुख्यमंत्री सरदार भगवंत मान भगवंत सिंह जी मान अते उन्होंने नाल प्रधानगी करनगे सरदार कुलदीप सिंह धालीवाल कैबिनेट मंत्री पशु भलाई विभाग कैबिनेट मंत्री किसान भलाई विभाग अते होर जिहड़ी इत्थे पंजाब एग्रीकल्चर यूनिवर्सिटी अते वैटरन यूनिवर्सिटी वालों इत्थे एग्जीबिशन लाइया गई ने वो पंजाब के किसान ने जिहड़े वो बड़े जोशो गरोश नाल जिहड़े देख रहे ने। मैं पंजाब दे इह पंजाब दे डेयरी किसानों नूं इही अपना सुनेहा देना चाहूँगा वी जो पंजाब दा डेयरी विकास विभाग डेयरी विकास बोर्ड अपने नॉन ट्रेनिंग सेंटरां ते ट्रेनिंग चलाउंदा वा वो ट्रेनिंगां दे विच भाग लैके अपने डेयरी नूं अपडेट करो ते उहनां दीआं सहूलतां लाओ। असीं दुधारू जानवरां दी खरीद वास्ते 2 तों 20 तक मझां गाइयां दी खरीद वास्ते तुसीं ਸਾਡੇ ਕੋਲੋਂ ਟ੍ਰੇਨਿੰਗ ਕਰਕੇ ਕਰਜ਼ਾ ਲੈ ਸਕਦੇ ਹੋ। ਉਹਨਾਂ ਦੀ ਅਸੀਂ ਸਬਸਿਡੀ ਆ ਜਿਹੜੀ ਉਹ 25% ਜੇ ਜਨਰਲ ਵਾਸਤੇ ਆ 17,000 ਰੁਪਇਆ ਅਤੇ ਜਿਹੜੇ ਐਸ ਸੀ ਵਾਸਤੇ 33% ਆ ਜਿਹੜੀ ਸਬਸਿਡੀ 23,100 ਰੁਪਇਆ ਜਿਹੜੀ ਸਬਸਿਡੀ ਅਸੀਂ ਦਿੰਦੇ ਹਾਂ ਉਹਦਾ ਤੁਸੀਂ ਫਾਇਦਾ ਲਓ। ਖੇਤੀ ਡੇਅਰੀ ਦਾ ਮਸ਼ੀਨੀਕਰਨ ਕਰਨ ਵਾਸਤੇ ਖਾਸ ਕਰਕੇ ਮੈਂ ਵੀ ਦੱਸਣਾ ਚਾਹੂੰਗਾ ਮਿਲਕਿੰਗ ਮਸ਼ੀਨਾਂ ਸਿੰਗਲ ਫਾਰ ਰੋ ਫਾਰਡਰ ਹਾਰਵੈਸਟਰ ਜੋ ਕਿ ਵੱਡੀਆਂ ਫਸਲਾਂ ਆਪਾਂ ਬੀਜਦੇ ਹਾਂ ਉਹਨਾਂ ਦੇ ਲਾਈਨਾਂ ਵਿੱਚ ਬੀਜਦੇ ਆ ਉਹਨਾਂ ਨੂੰ ਇੱਕਦਮ ਕੱਟਣਾ ਉਹਨਾਂ ਦਾ ਕੰਮ ਆ ਫੋਟੋ ਹਾਰਵੈਸਟਰ ਦਾ ਫਿਰ ਉਹਨੂੰ ਕੁਤਰਾ ਕਰਨਾ ਅਤੇ ਫਿਰ ਉਹਨੂੰ ਲੋਡ ਕਰਨਾ। ਇਸ ਤਰ੍ਹਾਂ TMR ਮਸ਼ੀਨ ਸਾਡੇ ਅਸੀਂ ਵੱਖ ਵੱਖ ਜਿਹੜੇ ਪੰਜਾਬ ਦੇ ਵਿੱਚ ਆਪਣੇ ਨਿਰਮਾਤਾ ਬਣਾਉਂਦੇ ਨੇ ਉਹਦੇ 'ਚ ਇਹ ਮੈਂ ਜਿਹੜਾ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਇਹਦੇ 'ਚ ਤੁਸੀਂ ਭਾਰਤ ਸਰਕਾਰ ਦੀ ਨੈਸ਼ਨਲ ਲਾਈਫ ਸਟਾਕ ਮਿਸ਼ਨ ਦੇ ਅਧੀਨ ਇੱਕ ਪ੍ਰੋਗਰਾਮ ਚੱਲਦਾ ਵਾ ਜਿਹ 'ਚ ਔਨਲਾਈਨ ਤੁਸੀਂ ਉਹਦਾ ਪੋਰਟਲ ਖੋਲ੍ਹ ਕੇ ਉਹਦੇ 'ਚ ਤੁਸੀਂ ਆਪਣੀ ਜੋ ਡਿਮਾਂਡ ਆ ਤੁਹਾਡੀ ਮਸ਼ੀਨਰੀ ਦੀ ਉਹ ਕਰ ਸਕਦੇ ਹੋ। ਸਾਇਲਜ ਬੇਲਰ ਅਤੇ ਰੈਪਰ ਮਸ਼ੀਨ ਜਿਵੇਂ ਆਮ ਤੁਸੀਂ ਦੇਖਿਆ ਹੋਣਾ ਹਰੇਕ 5-7-10 ਕਿਲੋਮੀਟਰ 'ਤੇ ਪੰਜਾਬ ਦੇ ਵਿੱਚ ਇੱਕ ਮਸ਼ੀਨ ਜੀ ਲੱਗੀ ਹੋਈ ਟਰੈਕਟਰ ਨਾਲ ਚੱਲਦੀ ਆ ਅਤੇ ਉਹਦੇ 'ਚ ਉਹਦੀਆਂ ਕਬੇਲਾਂ ਬਣਾਉਂਦੇ ਨੇ 1 ਕੁਇੰਟਲ ਤੋਂ ਲੈ ਕੇ 4-5 ਕੁਇੰਟਲ ਤੱਕ। ਇਹ ਜਿਵੇਂ ਕਿਸਾਨ ਭਾਈ ਦੋਸਤੋ ਤੁਹਾਨੂੰ ਪਤਾ ਹੀ ਆ ਵੀ ਇਹ ਜੋ ਪਹਿਲਾਂ ਅਸੀਂ ਸਾਇਲਜ ਜਿਹੜਾ ਆਪਣੇ ਚਾਰੇ ਦੀਆਂ ਫਸਲਾਂ ਦਾ ਚਾਰ ਬਣਾਉਂਦੇ ਸੀਗੇ ਉਹ ਅਸੀਂ ਪਹਿਲਾਂ ਟਾਵਰ ਬਣਾਉਂਦੇ ਸੀਗੇ ਇੱਕ ਸਾਡੇ ਵੱਡੇ ਫਾਰਮਰ ਬਣਾਉਂਦੇ ਸੀਗੇ ਹੁਣ ਜਿਵੇਂ ਆਪਾਂ ਨੂੰ ਪਤਾ ਵਾ ਇਹ ਫੀਡਿੰਗ ਜਿਹੜੀ ਕੋਸਟ ਆ ਐਨੀਮਲ ਦੀ ਬਹੁਤ ਵਧੀ ਜਾਂਦੀ ਆ ਦੁਧਾਰੂ ਜਾਨਵਰਾਂ ਦੀ ਫਿਰ ਇਹ ਜਿਹੜੀ ਮਸ਼ੀਨੀ ਜਿਹੜੀ ਆਧੁਨਿਕ ਤਕਨੀਕ ਆ ਉਹ ਸਾਇਲਜ ਬੇਲਰ ਅਤੇ ਰੇਪਰ ਮਸ਼ੀਨ ਦੇ ਨਾਲ 1 ਕੁਇੰਟਲ ਦੀ ਜਿਹੜੀ ਆ ਗੱਠ ਬਣਦੀ ਆ ਉਹ ਹਰੇਕ ਤੁਸੀਂ ਸਟੋਰ ਕਰ ਸਕਦੇ ਹੋ ਅਤੇ ਖਰਾਬ ਨਹੀਂ ਹੁੰਦੀ ਹੈਗੀ ਕਿਸੇ ਵੀ ਟੈਂਪਰੇਚਰ ਰੱਖ ਸਕਦੇ ਹੋ ਉਹਨੂੰ ਜਦੋਂ ਵੀ ਖੋਲ੍ਹ ਕੇ ਵਰਤ ਸਕਦੇ ਹੋ ਅਤੇ ਇਹ ਬਹੁਤ ਅਤੇ ਜਿਹੜੀ ਤੂੜੀ ਜਾਂ ਹੋਰ ਕਾਸਟ ਆਫ ਫੀਡ ਆ ਜਿਹੜੀ ਕੈਟਲ ਫੀਡ ਆ ਉਹਦੇ ਮੁਕਾਬਲੇ ਬਹੁਤ ਸਸਤੀ ਪੈਣੀ ਆ ਅਤੇ ਜਿਹੜੀ ਇਹਦੀ ਨਿਊਟ੍ਰੀਸ਼ਨ ਵੈਲਿਊ ਆ ਉਹ ਵਧੀਆ ਹੁੰਦੀ ਆ। ਇਹ ਜਿਹੜੀਆਂ ਮਸ਼ੀਨਾਂ ਮੈਂ ਤੁਹਾਨੂੰ ਦੱਸੀਆਂ ਨੇ ਇਹ ਤੁਸੀਂ ਇਹਦੇ ਵਿੱਚ ਆਰਾਮ ਨਾਲ ਆਪਣੇ ਤੁਸੀਂ ਸਾਡੇ ਨੈਸ਼ਨਲ ਲਾਈਫ ਸਟਾਕ ਮਿਸ਼ਨ ਜਾਂ ਡਿਪਟੀ ਡਾਇਰੈਕਟਰ ਡੇਅਰੀ ਜਾਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਦੇ ਦਫ਼ਤਰ ਪਹੁੰਚ ਕੇ ਉਹਨਾਂ ਦੇ ਸਲਾਹ ਲੈ ਕੇ ਤੁਸੀਂ ਔਨਲਾਈਨ ਪੋਰਟਲ 'ਤੇ ਕਰੋਗੇ ਸਟੇਟ ਲੈਵਲ 'ਤੇ ਅਸੀਂ ਪਾਸ ਕਰਕੇ ਸੈਂਟਰ ਗਵਰਨਮੈਂਟ ਤੋਂ ਔਨਲਾਈਨ ਹੀ ਜਿਹੜਾ ਤੁਹਾਡੇ ਕੋਲ ਸਿੱਧਾ ਪੈਸਾ ਆਊਗਾ ਭਾਈ 50% ਹਰੇਕ ਕੰਪੋਨੈਂਟ 'ਤੇ ਪੈਸਾ ਸਕੀਮ 'ਤੇ ਪੈਸਾ ਚਾਹੇ ਤੁਸੀਂ ਸਾਇਲਜ ਬੇਲਰ ਲੈ ਲਓ ਚਾਹੇ ਤੁਸੀਂ TMR ਲੈ ਲਓ ਚਾਹੇ ਤੁਸੀਂ ਫੋਟੋ ਹਾਰਵੈਸਟਰ ਲੈ ਲਓ ਇਹ ਬਹੁਤ ਵਧੀਆ ਸਕੀਮ ਆ। ਜੇ ਆਪਾਂ ਔਨਲਾਈਨ ਜਿਵੇਂ ਕਿ ਕਾਗਜ਼ ਪੱਤਰ ਆਪਾਂ ਦਫ਼ਤਰਾਂ 'ਚ ਜਾਂਦੇ ਨਹੀਂ ਸੀਗੇ ਅਤੇ ਜਾਂ ਸਾਨੂੰ ਕਾਗਜ਼ਾਂ 'ਤੇ ਬਚ ਨੁਕਸ ਕਰਨ ਨਿਕਲਦਾ ਸੀਗਾ ਤੁਹਾਨੂੰ ਔਨਲਾਈਨ ਹੀ ਸਭ ਕੁਝ ਪਤਾ ਲੱਗ ਜੂਗਾ
ਤੇ ਇਹ ਵੀ ਤਕਰੀਬਨ ਪੰਜਾਬ ਦੇ ਫਾਰਮਰ ਵਾਸਤੇ ਬਹੁਤ ਵਧੀਆ ਸਕੀਮ ਆ ਤੇ ਇਹ ਤੋਂ ਇਲਾਵਾ ਅਸੀਂ ਬਾਂਡੇ ਕੈਂ ਪਿੰਡਾਂ ਦੇ ਵਿੱਚ ਇਹਨਾਂ ਸਕੀਮਾਂ ਦਾ ਪ੍ਰਚਾਰ ਕਰਨ ਵਾਸਤੇ ਜਾਂ ਸਾਡੇ ਨਾਲ ਦੇ ਜਿਹੜੇ ਸਾਥੀ ਮਹਿਕਮੇ ਨੇ ਉਹਨਾਂ ਦੇ ਸਹਿਯੋਗ ਨਾਲ ਮਹਿਕਮਾ ਬਲਾਕ ਲੈਵਲ ਤੇ ਹਰੇਕ ਬਲਾਕ ਦੇ ਵਿੱਚ ਇਸ ਸਾਲ ਦੇ ਵਿੱਚ ਅਸੀਂ 2 ਕੈਂਪ ਲਾਏ ਨੇ ਜਿਹਦੇ 'ਚ ਸਾਰੇ ਡੇਰੀ ਨੂੰ ਕਿਵੇਂ ਆਵਾਂ ਆਪਾਂ ਪ੍ਰਫੁੱਲਤ ਕਰਨਾ ਵਾ ਜੋ ਤੁਸੀਂ ਪਹਿਲਾਂ ਡੰਗਰ ਮੱਝਾਂ ਗਾਈਆਂ ਰੱਖੀਆਂ ਹੋਈਆਂ ਨੇ ਉਹਨਾਂ ਨੂੰ ਤੁਸੀਂ ਕਿਵੇਂ ਵੱਧ ਤੋਂ ਦੇਖਭਾਲ ਲੈ ਕੇ ਵੱਧ ਤੋਂ ਵੱਧ ਦੁੱਧ ਲੈਣਾ ਉਹਨਾਂ ਦਾ ਜਾਂ ਸਾਰਾ ਸਾਲ ਹਰਾ ਚਾਰਾ ਕਿਵੇਂ ਉਹਨਾਂ ਨੂੰ ਪੈਦਾ ਕਰਨਾ ਵਾ ਜਾਂ ਹਰ ਵਰਿਆਏ ਕਿਵੇਂ ਸਾਡੇ ਮੱਝਾਂ ਗਾਈਆਂ ਰੱਖਣੀਆਂ ਨੇ ਇਹਨਾਂ ਕਹਿੰਦਾ ਸਮੂਹ ਪੰਜਾਬ ਦੇ ਕਿਸਾਨਾਂ ਨੂੰ ਜਿੱਥੇ ਇੱਥੇ ਪਹੁੰਚਣ 'ਤੇ ਮੈਂ ਜੀਆਂ ਨਾਲ ਧੰਨਵਾਦ ਵੀ ਕਰਦਾ ਵੀ ਤੁਸੀਂ ਬਹੁਤ ਮੌਜੂਦਾ ਸਰਕਾਰ ਨੂੰ ਜੋ ਤੁਸੀਂ ਆਪਣਾ ਇਹ ਦਿੱਤਾ ਵਾ ਇੱਕ ਹੁੰਗਾਰਾ ਦਿੱਤਾ ਵਾ ਆਉਣ ਵਾਲੇ ਸਮੇਂ 'ਚ ਜਿਹੜੇ ਅਸੀਂ ਖੇਤੀਬਾੜੀ ਅਤੇ ਖੇਤੀਬਾੜੀ ਦੇ ਨਾਲ ਨਾਲ ਅਸੀਂ ਵੱਧ ਤੋਂ ਵੱਧ ਜਿਹੜੀਆਂ ਉਹ ਅਤੇ ਜਿਹੜੇ ਧੰਦੇ ਨੇ ਉਹਨਾਂ ਨੂੰ ਪ੍ਰਫੁੱਲਤ ਕਰਨ ਦੀ ਜੋ ਸਰਕਾਰ ਦੀ ਪੋਲਿਸੀ ਆ ਉਹਨਾਂ ਨੂੰ ਕਰਾਂਗੇ ਧੰਨਵਾਦ ਜੀ।